Assalamu alaikum ji. ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਹੈਰੀਟੇਜ ਆਫ ਪਾਕਿਸਤਾਨ ਔਰ ਪੰਜਾਬ ਪੇਜ ਨਾਲ ਇਹ ਹੈ ਮੇਰਾ ਪਾਕਿਸਤਾਨ ਔਰ ਬਹੁਤ ਜਲਦ ਮੈਂ 1947 ਦੇ ਉੱਤੇ ਆਰਕਿਵ ਦਾ ਇੱਕ ਪੇਜ ਸ਼ੁਰੂ ਕਰਨ ਵਾਲਾ ਵਾਂ ਉਸ ਵਾਸਤੇ ਮੈਂ ਜਗ੍ਹਾ ਜਗ੍ਹਾ ਜਾ ਰਿਹਾ ਜਗ੍ਹਾ ਜਗ੍ਹਾ ਮੈਂ ਜਿਹੜਾ ਜਗ੍ਹਾ ਜਗ੍ਹਾ ਜਾ ਰਿਹਾ ਔਰ ਮੈਂ ਜਿਹੜਾ ਉਹ ਲੋਕਾਂ ਦੇ ਇੰਟਰਵਿਊ ਕਰ ਰਿਹਾ ਵਾਂ ਅਤੇ ਮੈਂ ਅੱਜ ਇੱਕ ਬਾਬਾ ਜੀ ਨੇ ਜਿਨ੍ਹਾਂ ਦੀ ਉਮਰ ਤੁਹਾਡੀ ਉਮਰ ਕਿੰਨੀ ਇਸ ਵਕਤ ਜੀ 84 ਸਾਲ ਇਹਨਾਂ ਦੀ ਉਮਰ ਹੈ ਅਤੇ ਪਾਕਿਸਤਾਨ ਜਦੋਂ ਬਣਿਆ 1947 ਦੇ ਵਿੱਚ ਇਹਨਾਂ ਦੀ ਬਹੁਤ ਅੱਛੀ ਖਾਸੀ ਉਮਰ ਸੀ ਉਸ ਵੇਲੇ ਮਿਰਜ਼ਾ ਸਾਹਿਬ ਤੁਸੀਂ ਕਲੀਪ ਆ ਜਾਓ ਥੋੜ੍ਹਾ ਜਿਹਾ ਬਸ ਫੇਸਿਸ ਆ ਜਾਣ ਤਾਂ ਵੀ ਬਹੁਤ ਅਤੇ ਤੁਹਾਡਾ ਇਸਮ ਸ਼ਰੀਫ ਕੀ ਹੈ ਜੀ ਹਾਜੀ ਨਸੀਰ ਹਾਜੀ ਮੁਹੰਮਦ ਨਸੀਰ ਸਾਹਿਬ ਨੇ ਇਹ ਪਾਰਟੀਸ਼ਨ ਦੇ ਵਕਤ ਅੱਛੇ ਖਾਸੀ ਇਹਨਾਂ ਦੀ ਸਿਹਤ ਸੀ ਉਹ ਜਵਾਨ ਸੇ ਇਹ ਇਹਨਾਂ ਨੇ ਸਾਰੀ ਸਮਝ ਸੀ ਮੈਂ ਦੱਸੋ ਜੀ ਇਹ ਜਗ੍ਹਾ ਜਿਹੜੀ ਤੁਸੀਂ ਜਿੱਥੇ ਬੈਠੇ ਹੋ ਇਹ ਜਗ੍ਹਾ ਕੀ ਹੈ ਜਿੱਥੇ ਅਸੀਂ ਬੈਠੇ ਹਾਂ ਇਹ ਮਸਜਿਦ ਸੀ ਜੀ ਇੱਥੇ ਇੱਥੇ 1901 ਤੋਂ 1905 ਦੇ ਦਰਮਿਆਨ ਜਿਹੜਾ ਕਹਿੰਦੇ ਨੇ ਕਿ ਬਹੁਤ ਜ਼ਬਰਦਸਤ ਕਿਸਮ ਦਾ ਤਾਊਨ ਦੀ ਬਿਮਾਰੀ ਆਈ ਸੀ ਚੂਹਿਆਂ ਨਾਲ ਫੈਲਣ ਵਾਲੀ ਬਿਮਾਰੀ ਆਈ ਸੀ ਚੂਹਿਆਂ ਦੀ ਬਿਮਾਰੀ ਨੇ ਇੱਥੇ ਦੀ ਤਮਾਮ ਆਬਾਦੀ ਖਤਮ ਕਰ ਦਿੱਤੀ ਹੈ ਦਿਖਾਓ ਜ਼ਰਾ ਮਿਰਜ਼ਾ ਸਾਹਿਬ ਹੈ ਪੂਰੀ ਸਾਰੀ ਜਗ੍ਹਾ ਉਹ ਹਲੇ ਵੀ ਪੱਥਰ ਬਾਕੀ ਨੇ ਇਹ ਸਾਰੀ ਆਬਾਦੀ ਜਿਹੜੀ ਹੈ ਉਹ ਇੱਥੇ ਆਬਾਦੀ ਸੀ ਇੱਥੇ ਕਮ ਅਜ਼ ਕਮ ਦੱਸਦੇ ਨੇ ਕਿ ਤਖ਼ਤ ਪੜੀ ਪਿੰਡ ਦੇ ਕਮ ਅਜ਼ ਕਮ 2000 ਘਰ ਸਨ ਇੱਥੇ ਔਰ ਹੈਰਾਨਕੁਨ ਗੱਲ ਹੈ ਕਿ ਇੰਨਾ ਅਰੂਜ ਹੋਣ ਦੇ ਬਾਵਜੂਦ ਮੁਗਲ ਸਲਤਨਤ ਤੋਂ ਪਹਿਲੇ ਵੀ ਇੱਥੇ ਲੋਕ ਆਬਾਦ ਸਨ ਔਰ ਉਸ ਤੋਂ ਬਾਅਦ ਜਿਹੜਾ ਅਰੂਜ ਮਿਲਿਆ ਉਹ ਧੁਨੀ ਚੰਦ ਦੀ ਵਜ੍ਹਾ ਨਾਲ ਇਸ ਰਕਬੇ ਦੀ ਜਿਹੜੀ ਹਿਸਾਬ ਕਿਤਾਬ ਸਾਰਾ ਜਿਹੜਾ ਸੀ ਉਹਨਾਂ ਕੋਲ ਧੁਨੀ ਚੰਦ ਕੋਲ ਹੁੰਦਾ ਸੀ ਇਹ ਦੱਸ ਰਿਹਾ ਮੈਂ ਮੁਗਲ ਦੌਰ ਤੋਂ ਪਹਿਲੇ ਦੀ ਗੱਲ ਕਰ ਰਿਹਾ ਵਾਂ ਮੈਂ ਐਂਸ਼ੀਅੰਟ ਖੂਹ ਵੀ ਦਿਖਾਇਆ ਅਤੇ ਇਹ ਬਾਬਾ ਜੀ ਇਸ 47 ਦੇ ਮੁਤਲਕ ਥੋੜ੍ਹਾ ਜਿਹਾ ਕੌੜਾ ਜਿਹਾ ਸੱਚ ਦੱਸਣ ਲੱਗੇ ਨੇ ਖੋਰਾ ਜਿਹਾ ਸੱਚ ਦੱਸਣ ਲੱਗੇ ਨੇ ਬਾਬਾ ਜੀ ਤੁਸੀਂ ਆਪਣੀ ਅੱਖਾਂ ਨਾਲ ਕਿਹ ਤੱਕਿਆ ਜਦੋਂ 47 ਵਿੱਚ ਤੁਸੀਂ ਆਖਦੇ ਹੋ ਚੰਗੀ ਭਲੀ ਹੋਸ਼ ਸੀ ਤੱਕਿਆ ਜੀ ਭਾਈ ਪਾਕਿਸਤਾਨ ਹਿੰਦੁਸਤਾਨ ਜਿਹਾ ਬਣਤਾ ਤਖ਼ਤ ਪੜੀ ਸ਼ਹਿਰ ਸਾ ਜੀ ਜੀ ਜਿਸ ਨੂੰ ਅੱਗ ਲਗਾਈ ਗਈ ਇੱਕ ਆਦਮੀ ਜਿਹੜਾ ਉਹ ਫੌਜ ਆਇਆ ਇੱਥੇ ਸਿੱਖਾਂ 'ਚੋਂ ਕੀ ਨਾਮ ਸੀ ਉਸਨਾ ਪਤਾ ਨਹੀਂ ਕਿਆ ਨਾਮ ਸਾ ਜੀ ਅੱਛਾ ਜੀ ਕਿਸ ਮਾਰਿਆ ਸਾ ਅਜ਼ੀਮ ਉੱਲ੍ਹਾ ਅਜ਼ੀਮੁੱਲਾ ਨਾਮ ਦਾ ਬੰਦਾ ਸੀ ਜੀ ਜਿਸ ਇੱਕ ਇੱਕ ਸਿੱਖ ਦੱਸਦੇ ਨੇ ਇੱਕ ਪਿੰਡ ਮਦੀਕਾਲਾ ਵਿੱਚ ਮੰਦਰੇ ਸ਼ਹਿਰ ਦੇ ਵਿੱਚ ਇੱਕ ਸਿੱਖ ਉੱਥੇ ਔਰ ਦੂਸਰਾ ਸਿੱਖ ਮੈਨੂੰ ਬਹੁਤ ਜ਼ਿਆਦਾ ਸਾਰੇ ਲੋਕ ਬੜੀਆਂ ਲੰਮੀਆਂ ਚੌੜੀਆਂ ਕਹਾਣੀਆਂ ਸੁਣਾਉਂਦੇ ਨੇ ਕਿ ਹਜ਼ਾਰਾਂ ਦੀ ਤਾਦਾਦ ਨਾਲ ਇੰਝ ਹੋਇਆ ਹਜ਼ਾਰਾਂ ਦੀ ਤਾਦਾਦ ਨਾਲ ਹੋਇਆ ਇਹ ਮੈਂ ਦੂਸਰੇ ਵਿਲੇਜ ਦਾ ਦੌਰਾ ਕਰ ਰਿਹਾ ਵਾਂ ਮੇਰੇ ਨਾਲ ਮਿਰਜ਼ਾ ਸਾਹਿਬ ਵੀ ਨੇ ਠੀਕ ਹੈ ਅਤੇ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਮੈਂ ਅੱਜ ਇਹ ਪ੍ਰਾਇਮਰੀ ਸੋਰਸ ਨੇ ਹਿਸਟਰੀ ਦੇ ਜਿਹੜੇ ਕਿ ਖੁਦ ਮੌਜੂਦ ਨੇ ਇਹ ਸੈਕੰਡਰੀ ਸੋਰਸ ਨਹੀਂ ਅੱਜ ਵੀ ਜ਼ਿੰਦਾ ਨੇ ਔਰ ਇਸ ਪਿੰਡ 'ਚ ਮੌਜੂਦ ਨੇ ਇੱਥੇ ਸਿਰਫ ਔਰ ਸਿਰਫ ਇੱਕ ਕੈਜੁਅਲਿਟੀ ਹੋਈ ਹੈ ਔਰ ਇੱਕ ਸਿੱਖ ਨੂੰ ਮਾਰਿਆ ਗਿਆ ਔਰ ਉਹ ਵੀ ਗਲਤ ਫਹਿਮੀ ਦੇ 'ਚ ਮਾਰਿਆ ਗਿਆ ਉਹ ਦੱਸਣਗੇ ਕਿ ਕਿਸ ਤਰੀਕੇ ਨਾਲ ਜੀ ਕਿਸ ਤਰੀਕੇ ਨਾਲ ਉਹ ਅੰਦਰ ਬੜੋਂ ਲਗਾ ਬੰਦਾ ਜ਼ਿਮੁੱਲਾ ਤਾਂ ਉਹ ਅੰਦਰ ਤਲਵਾਰ ਜਾਈ ਸੀ ਉਹਨੇ ਮਾਰੋ ਲਾਓ ਸਗੋਂ ਖੂੰਡਾ ਮਾਰਿਆ ਦੇਖੋ ਮਤਲਬ ਕਿ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਅੱਗੋਂ ਜਿਹੜਾ ਨਾ ਉਹ ਬਰਛੀ ਮਾਰ ਦਿੱਤੀ ਅਤੇ ਉਹਦੀ ਵਜ੍ਹਾ ਨਾਲ ਉਹ ਹੋ ਗਿਆ ਖੁੰਡਾ ਜਿਹੜਾ ਅਗਰ ਡੰਡਾ ਹੋਣਾ ਅਤੇ ਉਹਦੇ ਅੱਗੇ ਸੂਆ ਜਿਹਾ ਲੱਗਾ ਹੋਣਾ ਅਤੇ ਉਹਨਾਂ ਨੇ ਤਲਵਾਰ ਮਾਰੀ ਇਹਨਾਂ ਨੇ ਅੱਗੋਂ ਖੁੰਡਾ ਮਾਰਿਆ ਉਹਨਾਂ ਦੀ ਤਲਵਾਰ ਜਿਹੜੀ ਆ ਲੱਕੜ ਪਰ ਵਜੀ ਅਤੇ ਉਹਨਾਂ ਦੇ ਸਿਰ ਵਿੱਚ ਖੁੰਡਾ ਲੱਗਾ ਅਤੇ ਉਹਨਾਂ ਦੀ ਉਸੇ ਵੇਲੇ ਗਿਰ ਗਏ ਔਰ ਉਸ ਤੋਂ ਬਾਅਦ ਜ਼ਖਮੀ ਹੋਣ ਤੋਂ ਬਾਅਦ ਉਹ ਫੋਤ ਹੋ ਗਏ ਅਤੇ ਕਿਸ ਤਰੀਕੇ ਨਾਲ ਤੁਸੀਂ ਪਤਾ ਚੱਲਿਆ ਕਿ ਵੀ ਕਿਸ ਤਰ੍ਹਾਂ ਮਤਲਬ ਕਿ ਇੱਥੇ ਕਿਉਂ ਨਹੀਂ ਕੋਈ ਖੂਨ ਖਰਾਬਾ ਕਿਉਂ ਨਹੀਂ ਹੋਇਆ ਲੋਕ ਅਮਨ ਅਮਾਨ ਨਾਲ ਚਲੇ ਗਏ ਅਮਨ ਅਮਾਨ ਨਾਲ ਚਲੇ ਗਏ ਇੱਥੇ ਕੋਈ ਐਸੀ ਵੈਸੀ ਗੱਲ ਨਹੀਂ ਸੀ ਹੋਣੀ ਸਿੱਖ ਅਤੇ ਮੁਸਲਮਾਨ ਇੱਕੋ ਜਿਹੇ ਹੁਣ ਤਾਂ ਭੈਣਾਂ ਭਰਾਂ ਉਹਨਾਂ ਕੋਈ ਇੱਥੇ ਨੁਕਸਾਨ ਨਹੀਂ ਹੋਇਆ ਤੁਸੀਂ ਮੈਨੂੰ ਇੱਕ ਪੈਗਾਮ ਦਿਓ ਕਿ ਤੁਹਾਡੇ ਬਚਪਨ ਨੇ ਕਿਹੜੇ ਕਿਹੜੇ ਦੋਸਤ ਹੋਣੇ ਸੀ ਤੁਸੀਂ ਦੱਸਦੇ ਹੋ ਕਿ ਮਾੜੇ ਕੋਈ ਸਿੱਖ ਦੋਸਤ ਸੀ ਅਰਜਨ ਸਿੰਘ ਜੀ ਮਹਿਤਾਬ ਸਿੰਘ ਮੁਨਸ਼ੀ ਹਰੀ ਸਿੰਘ ਔਰ ਕਾਫੀ ਬੰਦੇ ਸੀ ਪਰ ਯਾਦਗਾਰ ਨਹੀਂ ਹੈ ਠੀਕ ਹੈ ਜੀ ਅਤੇ ਇਹ ਤੁਹਾਡਾ ਸਭ ਤੋਂ ਪੱਕਾ ਦੋਸਤ ਕਿਹੜਾ ਹੋਣਾ ਸਰ ਜੀ ਅਰਜਨ ਸਿੰਘ ਅਤੇ ਤੁਸੀਂ ਕੋਈ ਆਪਣੀ ਯਾਦ ਦੀ ਕੋਈ ਬਚਪਨ ਨਹੀਂ ਕੋਈ ਗੱਲ ਸੁਣਾਓ ਕਿੱਥੇ ਇਕੱਠੇ ਪੜ੍ਹਨੇ ਹੋਣੇ ਸੀ ਉੱਥੇ ਇਕੱਠੇ ਬਹਿਣੇ ਖੱਲੇ ਹੋਣੇ ਸੀ ਇਹ ਕਹਿ ਜਾਈ ਖਾਣੇ ਪੀਣੇ ਹੋਣੇ ਸੀ ਅੱਛਾ ਅੱਛਾ ਇੱਥੇ ਪਾਰ ਮੇਲਾ ਲੱਗਣਾ ਹੋਣਾ ਸਾ
ਹਲਵਾ ਪੂੜੀ ਕਿੰਨੇ ਹੋਣੇ ਸੀ ਖਾਣੇ? ਅੱਛਾ ਜੀ, ਕੜਾਹ ਦਾ ਲੰਗਰ ਦੱਸ ਰਹੇ ਨੇ ਕਿ ਜੀ ਇੱਥੇ ਪੱਕਣਾ ਸੀ, ਔਰ ਉੱਥੇ ਜੀ ਇਹ ਸਾਧੂ ਜਿਹੜੀ ਸਾਧੂ ਸੰਗਤ ਸੀ ਜੀ, ਮਿਰਜ਼ਾ ਸਾਹਿਬ ਜ਼ਰਾ ਥੋੜ੍ਹਾ ਜਿਹਾ ਕੈਮਰਾ ਉਸ ਪਾਸੇ ਹੱਲ ਮਾਰੋ ਨਾ। ਹਾਂਜੀ, ਇੱਥੇ ਸਾਧੂ ਸੰਗਤ ਜਿਹੜੀ ਸੀ ਉਹ ਉੱਥੇ ਬੈਠਦੀ ਸੀ, ਔਰ ਇੱਥੇ ਜਿਹੜਾ ਪਾਰ ਮੇਲਾ ਲੱਗਣਾ ਸੀ ਵਿਸਾਖੀ ਨਾਲ, ਇੱਥੇ ਥੱਲੇ ਇਸ ਤਰ੍ਹਾਂ ਨੂੰ ਕੀ ਆਖਦੇ ਨੇ ਜਿਹੜੀ ਕਸ ਜਾਣੀ ਹੈ? ਹਾਂਜੀ, ਇਹ ਜੀ ਕਸ ਕਸ ਬੋਲੋ ਜੀ ਮਿਰਜ਼ਾ ਸਾਹਿਬ, ਤਖਤ ਪੜੀ ਕਸ ਤਖਤ ਪੜੀ ਹੈ ਜਿਹੜੀ ਜਿਹੜੀ ਇਸ ਦੇ ਵਿੱਚ ਸਾਧੂ ਸੰਗਤ ਜਿਹੜੀ ਹੈ। ਅੱਜ ਅਸੀਂ ਇੱਥੋਂ ਫੋਸਲਸ ਵੀ ਕੱਢੇ ਨੇ, ਇਨਸਾਨ ਦੀ ਜ਼ਿੰਦਗੀ ਦੇ ਜਿਹੜੇ ਆਸਾਰ ਨੇ, ਸ਼ੁਰੂ ਦੇ ਆਸਾਰ ਨੇ, ਜਿਹਨੇ ਮਤਲਬ ਬੈਰੀਆ 6 ਔਰ ਬੈਰੀਆ 7 ਕਿਹਾ ਜਾਂਦਾ, ਇਹਦੀ ਬੈਕ ਸਾਈਡ ਦੇ ਉੱਤੇ ਇਨਸਾਨੀ ਫੋਸਲਸ ਮਿਲੇ ਨੇ। ਅੱਜ ਮੈਂ ਔਰ ਮਿਰਜ਼ਾ ਸਾਹਿਬ ਨੇ ਬਕਾਇਦਾ ਤੌਰ ਦੇ ਉੱਤੇ ਉਹ ਫੋਸਲਸ ਅਸੀਂ ਇਕੱਠੇ ਵੀ ਕੀਤੇ ਨੇ, ਔਰ ਜਲਦ ਤੁਹਾਨੂੰ ਉਹ ਸਾਹਮਣੇ ਲੈ ਕੇ ਆਵਾਂਗੇ। ਮੈਂ ਆਰਕੀਓਲੋਜੀ ਡਿਪਾਰਟਮੈਂਟ ਨੂੰ ਦਿਖਾਵਾਂਗਾ, ਔਰ ਉਸ ਤੋਂ ਬਾਅਦ ਉਹਦੀ ਮੈਂ ਤੁਹਾਨੂੰ ਦੱਸਾਂਗਾ। ਅਤੇ ਫਿਰ ਤੁਸੀਂ ਦੱਸੋ ਕਿ ਜੀ ਤੁਹਾਡਾ ਅਰਜੁਨ ਸਿੰਘ ਨਾਲ ਤੁਹਾਡਾ ਬਹੁਤ ਜ਼ਿਆਦਾ ਪਿਆਰ ਸੀ ਆਪਸ 'ਚ, ਤੁਸੀਂ ਕੀ ਹਮ ਜਮਾਤ ਸੋ ਇੱਕ ਕਲਾਸ 'ਚ ਪੜ੍ਹਨੇ ਸੀ? ਮੈਂ ਪੜ੍ਹਿਆ ਨਾ, ਉਸਨੇ ਵਾਲਦਾ ਸਾਡੀ ਵਾਲਦਾ ਜੀ ਆਪਾਂ ਸਹਿਲਚਾਂ ਸੀ। ਅੱਛਾ ਅੱਛਾ, ਦੋਸਤਾਨੀਆਂ ਸੀ ਆਪਸ ਵਿੱਚ। ਠੀਕ 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 ਠੀਕ, ਅਤੇ ਤੁਸਾਂ ਕੀ ਯਾਦ ਆਉਣੀ ਆਪਣੇ ਦੋਸਤ ਨੂੰ? ਬਿਲਕੁਲ ਯਾਦ ਆਉਣੀ, ਕਿਉਂ ਨਹੀਂ ਆਉਣੀ? ਕਦੇ ਕੋਸ਼ਿਸ਼ ਕੀਤੀ ਮਿਲਣੇ ਨੇ? ਉਹ ਕਿੱਧਰ ਗਏ, ਕੋਈ ਪਤਾ ਲੱਗਾ? ਕੋਈ ਪਤਾ ਨਹੀਂ। ਮਿਰਜ਼ਾ ਸਾਹਿਬ ਇਸ ਪਾਸੇ ਆਓ ਜ਼ਰਾ ਜੀ। ਅਗਰ ਇਹਨਾਂ ਦੇ ਦੋਸਤ ਅਰਜੁਨ ਸਿੰਘ, ਉਹਨਾਂ ਨੇ ਵਾਲਦ ਨਾਲ ਕੀ ਨਾਂ ਸੀ ਜੀ? ਵਾਲਦਾ ਨਾਲ ਕੀ ਨਾਂ ਸੀ? ਮਿੰਨੀ ਸਹੇਲੀ। ਅੱਛਾ ਜੀ, ਗਾਓਂ ਹੈ ਤਖਤ ਪੜੀ, ਅਰਜੁਨ ਸਿੰਘ ਜੀ, ਅਤੇ ਦੂਏ ਕੇ ਨਾਮ ਦੱਸਿਆ ਨੇ? ਅਰਜੁਨ ਸਿੰਘ ਸੀ, ਅਤੇ ਮੁਨਸ਼ੀ ਸਿੰਘ, ਮੁਨਸ਼ੀ ਹਰੀ, ਮੁਨਸ਼ੀ ਹਰੀ ਸਿੰਘ, ਦਲੀਪ ਸਿੰਘ, ਦਲੀਪ ਸਿੰਘ, ਕਾਰੋਬਾਰ ਕਰਨੇ ਸੀ, ਤੇ ਬਹੁਤੇ ਲੋਕ ਇੱਥੇ ਕੀ ਕਰਨੇ ਸੀ? ਬਹੁਤੇ ਲੋਕ ਬੜੇ ਬੜੇ ਦੂਰ ਜਿਹੀਆਂ ਗਲੀ ਸੁਹਾਵਾ ਇੱਥੇ ਦੁਕਾਨਾਂ ਹੋਣੀਆਂ ਸੀ, ਕਲਿਆਮ ਸ਼ਰੀਫ ਸੌਦੇ ਕਿੰਨੇ ਹੋਣੇ ਸੀ? ਅੱਛਾ, ਮੇਨ ਮੰਡੀ ਸੌਦੇ ਕਿੰਨੇ ਵੱਡੀਆਂ ਜਿਹੜੀ ਇਸ ਇਲਾਕੇ ਦੀ ਜੀ? ਰਵਾਤ ਤੋਂ ਤਕਰੀਬਨ ਰਹਿੰਦੇ ਪਾਸੇ 4 ਕਿਲੋਮੀਟਰ ਅਗਰ ਤਕਰੀਬਨ ਕੋਈ ਸਵਾ ਕੋ ਤੇ ਆ ਕੇ ਤੁਸੀਂ ਦੇਖੋ ਤੇ ਤਖਤ ਪੜੀ ਅੱਜ ਵੀ ਉਹ ਪਿੰਡ ਮੌਜੂਦ ਸ਼ਹਿਰ ਤਖਤ ਪੜੀ ਜਿਹੜੀ ਦੁਕਾਨਾਂ ਵੱਡੀਆਂ ਹੀ ਤਾਂ ਸ਼ਹਿਰ ਉਹ ਮਰਕਜ਼ੀ ਮੰਡੀ ਜਾਂ ਜੋ ਵੀ ਹੈ। ਮਤਲਬ ਕਿ ਆਪਣੇ ਦੋਸਤ ਨੇ ਕਿਹੜੀ ਗੱਲ ਯਾਦ ਆਣੀ? ਬਸ ਜੀ ਇਹ ਯਾਦ ਨਹੀਂ ਭਾਈ, ਪੂਰਾ ਮਿਲਣ ਗਿਲਣ ਉਹ ਕੁਛ ਮਿਲੀ ਸਕਦੇ। ਤੁਸਾਂ ਕੀ ਕੋਈ ਪਤਾ ਲਗਾ ਉਜੜ ਕੇ ਉਹ ਕਿੱਥੇ ਗਏ ਇੰਡੀਆ? ਕੋਈ ਕੋਈ ਪਤਾ ਨਹੀਂ ਹੈ ਜੀ। ਮੇਰਾ ਮੈਸੇਜ ਹੈ ਜੀ ਅਰਜੁਨ ਸਿੰਘ ਵਾਸਤੇ, ਜਿਹੜੇ ਲੋਕ ਇਸ ਪਾਸੋਂ ਉਜੜ ਕੇ ਗਏ ਨੇ, ਰਾਹੁਲ ਸ਼ਰਮਾ ਜੀ ਮੇਰੀ ਗੱਲ ਗੌਰ ਨਾਲ ਸੁਣਿਓ, ਮੈਂ ਕਹਿ ਰਿਹਾ ਗੁਰਪ੍ਰੀਤ ਆਨੰਦ ਜੀ, ਸੇਠੀ ਸਾਹਿਬ, ਦੇਸ਼ਪਾਲ ਸਾਹਿਬ, ਤੁਹਾਡਾ ਸਾਰਿਆਂ ਦਾ, ਥਾਪਰ ਸਾਹਿਬ, ਇਸ ਇਲਾਕੇ ਨਾਲ ਤਲਕ ਹੈ, ਤੁਸੀਂ ਇੱਕ ਦੂਜੇ ਨੂੰ ਸਾਰਿਆਂ ਨੂੰ ਜਾਣਦੇ ਹੋ, ਇਹਨਾਂ ਦੇ ਹਮ ਉਮਰ ਇੱਕ ਅਰਜੁਨ ਸਿੰਘ ਜੀ ਇਹਨਾਂ ਦੇ ਦੋਸਤ ਨੇ, ਜਿਹੜੇ ਕਿ ਬਚਪਨ ਤੋਂ ਉਹਨਾਂ ਨੂੰ ਯਾਦ ਕਰ ਰਹੇ ਨੇ, ਹੁਣ ਵੀ ਯਾਦ ਕਰ ਰਹੇ ਨੇ, ਅੱਖਾਂ ਵਿੱਚ ਪਾਣੀ ਆਇਆ ਪਿਆ, ਬਚਪਨ ਦੇ ਯਾਰ ਦਾ ਨਾਮ ਲਿਆ, ਅੱਜ ਵੀ ਅੱਖਾਂ ਦੇ ਵਿੱਚ ਅੱਥਰੂ ਆਏ ਪਏ ਨੇ, ਅਗਰ ਕੋਈ ਹੋ ਸਕੇ ਤਾਂ ਇਹਨਾਂ ਦੇ ਯਾਰ ਨੂੰ ਇਹਨਾਂ ਦਾ ਚਿਹਰਾ ਦਿਖਾਓ, ਸ਼ਾਇਦ ਹੋ ਸਕਦਾ ਹੈ ਇਹ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਫੈਲਾਓ, ਸ਼ਾਇਦ ਕੋਈ ਅਰਜੁਨ ਸਿੰਘ ਜਿਹੜਾ ਇਹਨਾਂ ਦਾ ਦੋਸਤ ਹੈ, ਲਹਿੰਦੇ ਪੰਜਾਬ ਵਿੱਚ ਮਾਈਗ੍ਰੇਟ ਕਰ ਗਏ ਨੇ ਜਿਹੜੇ ਲੋਕ, ਇਹਨਾਂ ਦਾ ਚਿਹਰਾ ਦੇਖਣ, ਸ਼ਾਇਦ ਹੋ ਸਕਦਾ ਤਖਤ ਪੜੀ ਤੋਂ ਕੋਈ ਨਾ ਕੋਈ ਬੰਦਾ ਐਸਾ ਜ਼ਰੂਰ ਜਿਉਂਦਾ ਹੈ ਜਿਹੜਾ ਇਹਨਾਂ ਨੂੰ ਜਾਣਦਾ ਹੋਵੇ। ਉਹ ਕਹਿੰਦੇ ਨੇ ਕਿ ਮੇਰੇ ਦਿਲ ਦੀ ਅੱਜ ਵੀ ਖੁਆਇਸ਼ ਹੈ, ਜਿਹੜੇ ਸਿੱਖ ਭੈਣ ਭਰਾ ਸਾਡੇ ਨਾਲ ਇਸੇ ਤਰ੍ਹਾਂ ਰਹਿੰਦੇ ਸਨ, ਇੱਥੇ ਪਾਕਿਸਤਾਨ ਵਿੱਚ ਇਸ ਜਗ੍ਹਾ ਦੇ ਉੱਤੇ ਰਹਿੰਦੇ ਸਨ ਜਿੱਥੇ ਅਸੀਂ ਬੈਠੇ ਹਾਂ, ਇਹ ਪੂਰਾ ਸ਼ਹਿਰ ਆਬਾਦ ਸੀ, ਅਗਰ ਕੋਈ ਮੈਨੂੰ ਦੇਖ ਰਿਹਾ ਤਾਂ ਮੈਨੂੰ ਜ਼ਰੂਰ ਮੇਰੇ ਨਾਲ ਰਾਬਤਾ ਕਰੇ। ਤੁਸੀਂ ਦੁਬਾਰਾ ਜ਼ਰਾ ਮੈਨੂੰ ਇੱਕ ਵਾਰੀ ਆਪਣਾ ਨਾਮ ਦੱਸੋ। ਹਾਜੀ ਨਸੀਰ। ਹਾਜੀ ਨਸੀਰ ਜੀ, ਵਾਲਦ ਦਾ ਕੀ ਨਾਮ? ਤੁਹਾਡੇ ਮੁਹੰਮਦ ਸ਼ਫੀ। ਮੁਹੰਮਦ ਸ਼ਫੀ, ਹਾਜੀ ਮੁਹੰਮਦ ਨਸੀਰ ਵਾਲਦ, ਮੁਹੰਮਦ ਸ਼ਫੀ, ਠੀਕ ਹੈ ਜੀ। ਟੋਕ ਚੌਧਰੀਆਂ, ਟੋਕ ਚੌਧਰੀਆਂ, ਤਖਤ ਪੜੀਆਂ। ਤੇ ਜੀ ਤੁਸੀਂ ਕੋਈ ਹੋਰ ਕੋਈ ਦੱਸੋ ਕਿ ਜਿਹੜੀ ਤੁਹਾਨੂੰ ਜਿਸ ਚੀਜ਼ ਨੂੰ ਤੱਕ ਕੇ ਤੁਸੀਂ ਅਫਸੋਸ ਹੋਇਆ ਹੋਵੇ 47 ਵਿੱਚ, ਤਕਲੀਫ ਹੋਈ ਹੋਵੇ, ਉਹ ਚੀਜ਼ ਦੱਸੋ। ਭਾਈ ਇਹ ਤਕਲੀਫ ਹੋਈ ਹੈ ਭਾਈ, ਇੱਥੇ ਵਸਨੇ ਰਸਨੇ ਸੇ ਉਜੜੀ ਗਏ, ਖੈਰੀ ਮੇਰੀ ਚਲੇ ਗਏ, ਬਸ ਅੱਲਾ ਅੱਲਾ ਖੈਰ ਸਲਾ। ਦਿਲ ਦੁਖਣਾ ਅੱਜ ਵੀ ਪੁਰਾਣੀਆਂ ਯਾਦਾਂ ਕਰੀਦਾ, ਇੱਥੇ ਗਲੀਆਂ ਮੁਹੱਲੇ ਯਾਦ ਆਉਣੇ ਉਸ ਨੇ, ਅੱਜ ਇੱਥੇ ਜਿੱਥੇ ਹੈ ਸਾਰੀਆਂ ਬਾੜੀਆਂ ਲਗੇ ਹੋਏ, ਅਤੇ ਇੱਥੇ ਕਦੀ ਘਰ ਹੋਣੇ ਸੀ, ਇਤਨੇ ਜ਼ਿਆਦਾ ਆਬਾਦੀ ਸੀ ਕਿ ਇੱਥੇ ਕਹਿ ਰਹੇ ਨੇ ਕਿ ਵੀ ਬਹੁਤ ਜ਼ਿਆਦਾ ਆਬਾਦੀ ਸੀ, ਇਹ ਖੇਤ ਸ਼ੇਤ ਸ਼ਹਿਰੋਂ ਬਾਹਰ ਹੋਣੇ ਸੀ, ਅਤੇ ਇਹ ਇਸ ਵਾਸਤੇ ਖੇਤ ਬਣ ਗਏ, ਲੋਕਾਂ ਪੱਥਰ ਛੱਤਰ ਪੱਟੀ ਕਹਿੰਦੇ, ਇਹ ਦੇਖੋ ਮਸਜਿਦ ਨਹੀਂ ਰਹੀ, ਬਾਕੀ ਤੁਸੀਂ ਕੀ ਕਿਸੇ ਨਾਲ ਗਿਲਾ ਕਰੋਗੇ? ਉਹ ਬੇਰੀ ਦੇ ਕੋਲ ਵੀ ਮਸਜਿਦ ਸੀ ਜੀ, ਇਹ ਹੇਠਾਂ ਉਰਲੇ ਪਾਸੇ ਇਸ ਜਗ੍ਹਾ 'ਤੇ ਵੀ ਮਸਜਿਦ ਸੀ,
ਤੇ ਮਸਜਿਦ ਵਾਲੀ ਜਗ੍ਹਾ ਵੀ ਖਤਮ ਹੋ ਗਈ ਤੇ ਬਾਬਾ ਜੀ ਕੋਈ ਆਪਣੀ ਕੋਈ ਯਾਦਗਾਰ ਆਪਣੇ ਬਚਪਨ ਨਾਲ ਕੋਈ ਐਸੀ ਕੋਈ ਚੀਜ਼ ਜਿਹੜੀ ਹੈ ਅਸਾਂ ਕਿ ਉਹ ਤਕਾ ਦਿਓ ਸੁਣਾ ਦਿਓ ਜਿਹੜੀ ਕਿ ਤੁਸੀਂ ਆਪਣੇ ਦੋਸਤ ਅਰਜਨ ਸਿੰਘ ਨਾਲ ਜਿਹੜਾ ਵਕਤ ਗੁਜ਼ਾਰਨੇ ਸੇ ਤੇ ਉਹਦੇ ਨਾਲ ਜਾਂ ਕਿਸੇ ਹੋਰ ਉਹ ਚੰਗਾ ਵਕਤ ਗੁਜ਼ਰਿਆ ਜੀ ਬਹਿਣ ਉੱਠਣ ਦਾ ਬਾਜ਼ਾਰ ਵਿੱਚ ਸਾਡੇ ਦਾਦਾ ਸਾਹਿਬ ਜਿਹੜੇ ਸੀ ਉਹ ਸ਼ਹਿਰ ਵਿੱਚ ਬਿਠਾਉਣੇ ਸੀ ਚੌਵੀ ਘੰਟੇ ਲੰਬਰਦਾਰ ਸੀ ਅੱਛਾ ਤਹਿਸੀਲਦਾਰ ਵੀ ਸੀ ਚੌਧਰੀ ਮੰਦ ਅਕਬਰ ਆਵਾਜ਼ ਦਾ ਮਸਲਾ ਆਏਗਾ ਫਿਰ ਅੱਛਾ ਮੈਂ ਇਸ ਵਾਸਤੇ ਕਹਿ ਰਿਹਾ ਕੋਈ ਕਰੀਬ ਲੋ ਠੀਕ ਹੈ ਸਾਡੀ ਆਵਾਜ਼ ਨਹੀਂ ਪੂਰੀ ਆਏਗੀ ਮੈਂ ਕਹਿ ਰਿਹਾ ਹਾਂ ਠੀਕ ਜੀ ਤੇ ਅੱਛਾ ਉਹਨਾਂ ਦਾ ਬੈਂਡ ਖਲੋਣ ਸੀ ਸਾਰਾ ਕੁਝ ਸੀ ਜਾ ਉਸ ਦਰੀ ਨਾਸ ਵੀ ਬਣੇ ਸੀ ਦਾਦੇ ਹੋਰਾਂ ਨੇ ਵਾਦਾ ਸੀ ਚੌਧਰੀ ਮੰਦ ਅਕਬਰ ਹੋਰਾਂ ਨੇ ਵਾਦਾ ਸੀ ਜੀ ਜੀ ਤੇ ਬੈਂਡ ਉੱਠਣ ਨਾਲ ਤਾਂ ਉੱਥਾ ਥਾਣਾ ਪਰ ਠੀਕ ਹੈ ਅਤੇ ਉਹ ਤੁਹਾਨੂੰ ਆਪਣੇ ਬਚਪਨ ਦੀ ਸਾਰੀ ਯਾਦ ਆਉਣੀ ਹੈ ਦੇਖੋ ਜੀ ਕੜਾਹ ਪ੍ਰਸ਼ਾਦ ਦਾ ਇਹਨਾਂ ਨੇ ਜ਼ਿਕਰ ਕੀਤਾ ਕਿ ਇੱਥੇ ਵੀ ਕੜਾਹ ਪ੍ਰਸ਼ਾਦ ਪੱਕਣਾ ਸੀ ਠੀਕ ਹੈ ਜੀ ਉਹ ਪਰਲੇ ਪਾਸੇ ਜਿਹੜੇ ਸੀ ਟੈਂਪਲ ਉੱਧਰ ਦਿਖਾ ਕੇ ਆਏ ਹਾਂ ਤਖ਼ਤ ਪੜੀ ਦੀ ਬੈਕ ਸਾਈਡ ਦੇ ਉੱਤੇ ਜਿਹੜੇ ਸਨ ਉੱਥੇ ਵੀ ਮਤਲਬ ਕਿ ਅਗਰ ਉਹ ਗੁਰਦੁਆਰਾ ਨਹੀਂ ਸੀ ਅਗਰ ਉਹ ਜਿਹੜਾ ਸੀ ਟੈਂਪਲ ਨਹੀਂ ਸੀ ਅਗਰ ਉਹ ਸਿੱਖ ਯਾਦਗਾਰ ਨਹੀਂ ਸੀ ਕੋਈ ਤੇ ਉੱਥੇ ਕੜਾਹ ਪ੍ਰਸ਼ਾਦ ਕਿਉਂ ਪਕੜਾ ਸੀ ਇਹਨਾਂ ਨੇ ਤਾਂ ਦੱਸਿਆ ਕਿ ਉਹ ਸਿੱਖ ਬਿਲਕੁਲ ਸਿੱਖ ਇਹਨਾਂ ਦੀ ਪੂਰੀ ਪੱਕੀ ਸੀ ਉਹ ਦੱਸਿਆ ਉਹ ਉਹਦੇ ਮਤਲਬ ਜਿਹੜਾ ਪਹਿਲਾ ਹੈ ਉਹਦੇ ਕਰੀਬ ਜਿਹੜਾ ਬਾਬੇ ਗੁਰੂ ਨਾਨਕ ਦੇ ਫੋਟੋ ਬਣੇ ਸੀ ਪਰੇ ਪਾਸਾ ਠੀਕ ਹੈ ਜੀ ਬਾਹਰ ਹੈ ਜਿਹੜਾ ਉਹ ਥੋੜਾ ਇੱਕ ਚਵਾ ਜਿਹਾ ਬਣਿਆ ਵਾ ਉਸ ਚਵੇ ਨੂੰ ਤੁਸੀਂ ਕੀ ਆਖਨੇ ਸੀ ਪਾਣੀ ਸਿਮਣਾ ਉੱਥੋਂ ਚਵਿਆ ਪਾਣੀ ਸਿਮਣਾ ਪਰੇ ਪਾਸੋਂ ਪਰਲੇ ਪਾਸੋਂ ਸਿਮਣਾ ਤੇ ਉੱਥੇ ਕਿ ਇੱਥੇ ਜ਼ਿਆਦਾ ਘਰ ਜਿਹੜੇ ਸੀ ਸਿੱਖਾਂ ਨੇ ਸੀ ਜਾਂ ਹਿੰਦੂਆਂ ਨੇ ਸਿੱਖਾਂ ਨੇ ਸਿੱਖਾਂ ਨੇ ਘਰ ਸੀ ਅਤੇ ਕੋਈ ਖਾਸ ਗੱਲ ਤੁਸੀਂ ਦੱਸੋ ਜਿਹੜਾ ਕੋਈ ਇੱਥੇ ਤੁਸੀਂ ਜੋ ਵੀ ਮਹਿਸੂਸ ਕੀਤਾ ਕੋਈ ਚੰਗਾ ਜਾਂ ਬੁਰਾ ਕੰਮ ਜਿਹੜਾ ਵੀ ਉਹਨਾਂ ਨੇ ਕੀਤਾ ਜਿਹੜੀਆਂ ਬੋੜਾਂ ਲਈ ਬੰਨ ਹੈ ਪਿੱਛੇ ਉਹਨਾਂ ਬਣਵਾਈ ਠੀਕ ਹੈ ਜੀ ਬੋੜਾਂ ਜਿਹੜੀਆਂ ਨੇ ਤੁਸਾਂ ਨੇ ਜੰਮਣੇ ਤੋਂ ਪਹਿਲੇ ਦੀਆਂ ਨੇ ਜੀ ਇੱਥੇ ਦੋ ਬੋੜਾਂ ਨੇ ਉਹ ਬਹੁਤ ਜ਼ਿਆਦਾ ਨਜ਼ਰ ਆ ਰਹੀਆਂ ਪਿੱਛੇ ਤੁਹਾਡੇ ਉਹ ਪਿੱਛੇ ਬੋੜਾਂ ਨੇ ਨਜ਼ਰ ਆ ਰਹੀਆਂ ਨੇ ਇਹ ਬੋੜਾਂ ਲਈ ਬੰਨ ਹੈ ਜਿਹੜੀ ਇਹਦੇ ਨਾਲ ਸਕੂਲ ਹੈ ਕਹਿ ਰਹੇ ਨੇ ਇੱਕ ਬ੍ਰਿਟਿਸ਼ ਦੌਰ ਦਾ ਸਕੂਲ ਹੈ ਜਿੱਥੇ ਸਿੱਖ ਮੁਸਲਿਮ ਹਿੰਦੂ ਸਭ ਇਕੱਠੇ ਪੜ੍ਹਨੇ ਸੇ ਠੀਕ ਹੈ ਜੀ ਬਾਬਾ ਜੀ ਨੇ ਕਿਹਾ ਮੈਂ ਸਕੂਲੇ ਤਾਂ ਨਹੀਂ ਗਿਆ ਲੇਕਿਨ ਹੈ ਕਿ ਮੇਰੀ ਅਰਜਨ ਨਾਲ ਯਾਰੀ ਬੜੀ ਸੀ ਕਿ ਔਰ ਅਸਾਂ ਅੱਬੂ ਹੋਰੇ ਵੀ ਆਪਸ ਵਿੱਚ ਦੋਸਤ ਸੀ ਅਤੇ ਨਾਲ ਆਪ ਵੀ ਅਤੇ ਤੁਸੀਂ ਹੋਰ ਇੱਕ ਗੱਲ ਦੱਸੋ ਮੈਨੂੰ ਕਿ ਜਦੋਂ ਇੱਥੋਂ ਗਏ ਅਰਜਨ ਤੁਸੀਂ ਕੀ ਮਿਲ ਕੇ ਗਿਆ ਨਾ ਜੀ ਉਸ ਵੇਲੇ ਕੋਈ ਤਾਂ ਮਿਲਣੇ ਜੁੜੇ ਨਾ ਦੋ ਰਾਤੀ ਖਾਰ ਮਾੜੇ ਦੇ ਦੋ ਦਿਹਾੜੇ ਅਰਜਨ ਹੋਣ ਤੁਹਾਡੇ ਘਰ ਅਰਜਨ ਸਿੰਘ ਹੋਰੀ ਫਿਰ ਅਸਾਂ ਨਹੀਂ ਰਵਾਤ ਉਹਦਾ ਕੈਂਪ ਸਾ ਉੱਥਾਂ ਛੋੜੇ ਰਵਾਤ ਕੈਂਪ ਲਗਾ ਸਾ ਠੀਕ ਹੋ ਗਿਆ ਜੀ ਕੈਂਪ ਕਿੱਥੇ ਲਗਾ ਸਾ ਬੁੰਨੀ ਸਰਾਈ ਆ ਜਿਹੜੀ ਗਖਣਾ ਨਹੀਂ ਸਰਾਈਆਂ ਗਖਣਾ ਵਾਲੀ ਸਰਾਹ ਜਿਹੜੀ ਹੈ ਜੀ ਜਿਹਨੂੰ ਅਕਸਰ ਲੋਕ ਕਹਿੰਦੇ ਨੇ ਕਿ ਕਿਲ੍ਹਾ ਰਵਾਤ ਦਾ ਕਿਲ੍ਹਾ ਕਿਲ੍ਹਾ ਨਹੀਂ ਹੈ ਗਖਣਾ ਦੀ ਸਰਾਹ ਹੈ ਸਰਾਏ ਹੈ ਉਹ ਜਿਹੜੀ ਕਿ ਪਹਿਲੇ ਬਣਾਈ ਅਤੇ ਜਿਹੜੀ ਮੁਗਲੀਆ ਦੌਰ ਵਿੱਚ ਹੈ ਫਿਰ ਗੱਖੜ ਵੀ ਆਬਾਦ ਰਹੇ ਉਹਦੇ 'ਚ ਫਿਰ ਸਿੱਖ ਦੌਰ ਦੇ ਵਿੱਚ ਸਿੱਖਾਂ ਦਾ ਵੀ ਕਬਜ਼ਾ ਰਿਹਾ ਉਹਦੇ 'ਤੇ ਔਰ ਉਸ ਤੋਂ ਬਾਅਦ ਬ੍ਰਿਟਿਸ਼ ਰਾਜ ਵੀ ਉਹਦੇ 'ਤੇ ਕਬਜ਼ਾ ਕੀਤਾ ਔਰ ਫਿਰ ਉਹ ਕੈਂਪ ਲੱਗਾ ਸੀ ਉੱਥੇ ਕੈਂਪ ਲਗਾ ਅਤੇ ਉਹ ਦੱਸਣੇ ਤੁਸੀਂ ਉੱਥੇ ਤੁਸੀਂ ਛੋੜ ਕੇ ਆਏ ਦੋ ਦਿਨ ਤੁਹਾਡੇ ਨਾਲ ਉਸ ਕੋਈ ਗੱਲਬਾਤ ਨਹੀਂ ਬਾਈ ਦੋ ਦਿਹਾੜਿਆਂ ਵਿੱਚ ਉੱਥੇ ਰਹੇ ਕਿ ਵੀ ਮੇਰਾ ਨਹੀਂ ਦਿਲ ਕਰਨਾ ਮੈਂ ਨਾ ਗੱਸਣਾ ਵਾ ਤੋਂ ਐਸੀ ਗੱਲ ਕੋਈ ਉਹਨੇ ਆਪਣੀ ਪਈ ਸੀ ਆਪਣੀ ਪਈ ਕਤਲ ਕਲਾਮ ਹੋਣੀ ਸੀ ਤੁਸਾਂ ਕੀ ਤਾਂ ਵੈਸੇ ਮੂੰਹ ਅਰਮਾਨ ਲਗਾ ਸੀ ਨੇ ਹਾਂ ਜੀ ਅਰਮਾਨ ਤਾਂ ਹੋਣਾ ਨਾ ਬੈਂਡ ਉੱਠ ਹੁਣ ਤੁਸਾਂ ਨਾਲ ਜਿਹੜੀ ਮਹਿਫਲ ਹੋਣੀ ਵੀ ਇਹ ਵੀ ਤਾਂ ਅਰਮਾਨ ਹੀ ਵਾਲੀ ਉਹ ਸੀ ਕਿ ਦੁੱਖ ਤਕਲੀਫ ਹੋਣੀ ਪਏ ਫਲਾਣੇ ਫਲਾਣੇ ਅਰਸੇ ਫਲਾਣੇ ਬੰਦੇ ਆਏ ਸੀ ਯਾਰ ਸਾਡੇ ਕੋਲ ਅਤੇ ਅੱਜ ਅੱਖਾਂ ਤੁਸਾਂ ਦੀਆਂ ਸਿੱਜੀ ਗਈਆਂ ਆਪਣਾ ਯਾਰ ਨਾਲ ਨਾਮ ਕੀ ਨੀਤ ਹੈ ਅਤੇ ਕਿ ਤੁਸੀਂ ਆਪਣੀ ਕਿਹ ਪੈਗਾਮ ਦੇਣਾ ਚਾਹੁੰਦੇ ਹੋ ਇਨਸਾਨੀਅਤ ਵਾਸਤੇ ਕਿਹ ਪੈਗਾਮ ਦੇਣਾ ਚਾਹੁੰਦੇ ਹੋ ਬਸ ਪੈਗਾਮ ਹੀ ਆ ਜੇ ਅਗਰ ਉਸ ਨਸਲ ਨਾਲ ਕੋਈ ਬੰਦਾ ਹੈ ਤਖ਼ਤ ਪੜ੍ਹੀ ਟੋਕ ਚੌਧਰੀਆਂ ਆ ਜਾਏ ਮੁਲਾਕਾਤ ਕਰੇ ਹਾਂ ਇਹਨਾਂ ਦੀ ਉਮਰ ਕਾਫੀ ਜ਼ਿਆਦਾ ਹੋ ਗਈ ਹੈ ਹਾਰਟ ਦਿਲ ਦੇ ਮਰੀਜ਼ ਨੇ ਨਜ਼ਰ ਵੀ ਵੀਕ ਹੈ ਅਤੇ ਅੱਖਾਂ ਦੇ ਵਿੱਚ ਅਥਰੂ ਨੇ ਅਥਰੂ ਇੰਨਾ ਸਬਰ ਹੈ ਕਿ 47 ਤੋਂ ਲੈ ਕੇ ਹੁਣ ਤੱਕ ਆਪਣੇ ਯਾਰ ਨੂੰ ਉਸ ਵਕਤ ਨੂੰ ਅੱਜ ਵੀ ਇਹ ਯਾਦ ਕਰ ਰਹੇ ਨੇ ਅਤੇ ਅਗਰ ਕੋਈ ਸਰਦਾਰ ਅਰਜਨ ਸਿੰਘ ਦਾ ਕੋਈ ਵੀ ਬੇਟਾ ਜਾਂ ਬੇਟੀ ਜਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਸੁਣ ਰਿਹਾ ਜਿਹੜਾ ਕਿ ਤਖ਼ਤ ਪੜ੍ਹੀ ਤੋਂ ਮਾਈਗ੍ਰੇਟ ਕਰਕੇ ਈਸਟ ਪੰਜਾਬ ਵਿੱਚ ਗਿਆ ਪਲੀਜ਼ ਇਹਨਾਂ ਨਾਲ ਰਾਬਤਾ ਕਰੋ ਅਤੇ ਇਹ ਖੁਸ਼ੀ ਹੋਏਗੀ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਅੱਜ ਵੀ ਆਪਣੇ ਯਾਰ ਦੀ ਜਿਹੜੀ ਹੈ ਯਾਦ ਬਹੁਤ ਆਉਂਦੀ ਹੈ ਮਿਲ ਕੇ ਕੋਈ ਵਿਛੜੇ ਤਾਂ ਉਹਦੀ ਤਕਲੀਫ ਬਹੁਤ ਹੁੰਦੀ ਹੈ ਇਹਨਾਂ ਦਾ ਚਿਹਰਾ ਦੱਸ ਰਿਹਾ ਸਿਰਫ ਅੱਖਾਂ ਵਿੱਚੋਂ ਥਰੂ ਬਾਹਰ ਨਹੀਂ ਹੈ ਬਾਕੀ ਮੈਂ ਇਮੋਸ਼ਨਸ ਸਮਝ ਰਿਹਾ ਵਾਂ ਬਹੁਤੀ ਗੱਲਬਾਤ ਨਹੀਂ ਕਰ ਰਹੇ ਮੈਂ ਆਪਣੇ ਖਿਆਲਾਤ ਆਪਣੇ ਵਿਚਾਰ ਦੇ ਨਾਲ ਹਾਜੀ ਸਾਹਿਬ ਕੋਲੋਂ ਇਜਾਜ਼ਤ ਚਾਹਵਾਂਗਾ
ਠੀਕ ਹੈ ਜੀ। ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਸਰਦਾਰ ਅਰਜਨ ਸਿੰਘ ਜਿਹੜਾ ਉਹ ਇੱਕ ਵਾਰੀ ਆ ਕੇ ਆਪਣੇ ਦੋਸਤ ਹਾਜੀ ਨਸੀਰ ਨੂੰ, ਬਾਲ ਬੱਚਾ ਚਾਹੇ ਕੋਈ ਵੀ ਹੈ ਉਹ। ਅੱਛਾ, ਤੁਸਾਂ ਕੋਲ ਕੋਈ ਤਸਵੀਰ, ਕੋਈ ਕੋਈ ਯਾਦਗਾਰ ਉਸਨੀ, ਕੋਈ ਕੋਈ ਯਾਦਗਾਰ ਨਹੀਂ ਆਪਸ ਦੀ ਤੁਹਾਡੀ ਕੋਈ? ਨਹੀਂ। ਉਸ ਵੇਲੇ ਸਰਦਾਰ ਅਰਜਨ ਸਿੰਘ ਦੀ ਕਿਤਨੀ ਉਮਰ ਸੀ? ਅੱਛਾ, ਅੱਛੇ ਖਾਸੇ, ਮਤਲਬ ਕਿ ਜਵਾਨ ਸੀ ਉਸ ਵੇਲੇ, 20-22 ਸਾਲਾਂ ਦੇ ਬਾਲ ਬੱਚੇਦਾਰ ਸੀ। ਅੱਛਾ, ਬਾਲ ਬੱਚੇਦਾਰ ਸੀ ਇਹਨੇ ਉਸ ਵੇਲੇ, ਬਾਲ ਬੱਚੇਦਾਰ। ਫਿਰ ਤੇ ਮੁਸ਼ਕਲ ਹੈ ਜੀ, ਉਹਨਾਂ ਨਾਲ ਕੋਈ ਨਾ ਕੋਈ ਅੱਗੋਂ ਬਾਲ ਬੱਚਾ ਜ਼ਰੂਰ ਸੀ। ਠੀਕ ਹੈ ਜੀ, ਮੈਂ ਤੁਹਾਡਾ ਆਪਣਾ ਹੋਸਟ ਸੇਫ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਹੈਰੀਟੇਜ ਪੇਜ, ਪੰਜਾਬ ਪੇਜ, ਯੇ ਹੈ ਮੇਰਾ ਪਾਕਿਸਤਾਨ, ਸੇਫ ਗੁਰਦੁਆਰਾਜ਼ ਐਂਡ ਟੈਂਪਲਸ ਆਫ ਦੀ ਪਾਕਿਸਤਾਨ, ਇੱਕ ਨਵੀਂ ਸਟੋਰੀ ਨਾਲ ਫਿਰ ਦੁਬਾਰਾ ਹਾਜ਼ਰ ਹੋਵਾਂਗਾ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ।